ਹਾਂਜੀ ਇੰਦਰ ਮੋਹਨ ਜੀ, ਕੀ ਮਸਲਾ ਸਾਰਾ ਇਕੱਠ ਕਿਉਂ ਕੀਤਾ ਗਿਆ ਜੀ, ਰੋਡ ਜਾਮ ਕੀਤਾ ਜਾ ਰਿਹਾ? ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਮੀਡੀਆ ਦਾ, ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਨੂੰ। ਅਸੀਂ ਕਿਉਂ ਗਿਣਦੇ ਹਾਂ ਵੀ ਜਿਹੜੇ ਹਮਦਰਦੀ ਆ ਕਿਸਾਨਾਂ ਮਜ਼ਦੂਰਾਂ ਦੇ, ਉਹ ਸਾਰੇ ਮੇਰੇ ਵੀਰ ਭੈਣਾਂ ਸਾਰੇ ਇੱਥੇ ਪਹੁੰਚੇ ਆ। ਜਿਹੜਾ ਮਸਲਾ ਇੱਥੇ ਅੱਜ ਅਸੀਂ ਸੜਕ ਰੋਕੀ ਆ, ਉਹਦਾ ਕਾਰਨ ਇਹ ਬਣਿਆ ਕਿ ਪਿਛਲੇ ਦਿਨੀ ਭਦੌੜ ਦੀਆਂ ਦੋ ਮਜ਼ਦੂਰ ਔਰਤਾਂ ਇੱਥੇ ਜਿਹੜੀਆਂ ਐਕਸੀਡੈਂਟ ਦਾ ਸ਼ਿਕਾਰ ਹੋਈਆਂ ਸੀ ਅਤੇ ਜਿਨ੍ਹਾਂ ਦੀ ਦੋਨਾਂ ਦੀ ਡੈਥ ਹੋ ਗਈ ਸੀ, ਜਿਹੜੀਆਂ ਐਕਸੀਡੈਂਟ ਦੇ ਨਾਲ ਉਹ ਵੇਖਣ ਯੋਗ ਵੀ ਨਹੀਂ ਸੀ। ਉਹਨਾਂ ਨੂੰ ਇੱਕ ਕੱਪੜੇ ਦੇ ਵਿੱਚ ਇਕੱਠਾ ਕਰਕੇ ਲਗਾਏ ਸੀ। ਉਸ ਦਿਨ ਅਸੀਂ ਵੀ ਸੜਕ ਰੋਕੀ ਸੀ ਸਾਰਿਆਂ ਨੇ, ਸਾਰੇ ਭੈਣ ਭਰਾਵਾਂ ਨੇ, ਮਜ਼ਦੂਰਾਂ ਨੇ, ਕਿਸਾਨਾਂ ਨੇ, ਦੁਕਾਨਦਾਰਾਂ ਨੇ, ਸਾਰਿਆਂ ਨੇ ਸਾਂਝਾ ਜਿਹੜਾ ਮੋਰਚਾ ਲਾਇਆ ਸੀ। ਉਸੇ ਤਰ੍ਹਾਂ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਜੀ ਇੱਕ ਮਹੀਨੇ ਦੇ ਵਿੱਚ ਜਿਹੜਾ ਪੌੜਾ ਉਹ ਬਣਾਵਾਂਗੇ, ਕਿਉਂਕਿ ਜਿਹੜੀ ਇਹ ਮੰਗ ਹੈ ਇਹ ਬਹੁਤ ਲੰਮੀ ਪਿੱਛੇ ਤੋਂ ਆ ਰਹੀ ਹੈ। ਜਿਹੜੀ ਕੁਛ ਦਿਨ ਇੱਥੇ ਜਿਹੜੀ ਸੜਕ ਜਾਮ ਰੱਖੀ ਸੀ ਵੀ ਨਹੀਂ ਬਣ ਦੇਣੀ, ਵੀ ਪੁਲ ਉੱਚਾ ਕੀਤਾ ਜਾਵੇ, ਉਹ ਸੜਕ ਬਣਾ ਕੇ ਵੀ ਪ੍ਰਸ਼ਾਸਨ ਨੇ ਇਹ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੇ ਸਾਲ ਦੇ ਵਿੱਚ, ਡੇਢ ਸਾਲ ਦੇ ਵਿੱਚ ਜਿਹੜਾ ਪੁਲ ਬਣਾਵਾਂਗੇ। ਲਗਾਤਾਰ ਸਾਡੇ DC ਸਾਹਿਬ ਮੋਗੇ, ਉਹੀ ਸੀ ਕੁਲਵੰਤ ਸਿੰਘ, ਉਹਨਾਂ ਨਾਲ ਵਾਰਤਾਲਾਪ ਹੁਣ ਵੀ ਹੋਈ ਜਾਂਦੀ ਅਤੇ ਪਹਿਲਾਂ ਵੀ ਹੋਈ ਜਾਂਦੀ ਆ। ਉਹ ਸਾਨੂੰ ਲੋਲੀਪੋਪ ਹੀ ਦਿੰਦੇ ਆ ਜੀ, ਅਸੀਂ ਜਿੰਨਾ ਚਿਰ ਮੈਂ ਇੱਥੇ ਬੈਠਾ ਉਨਾ ਚਿਰ ਤੁਹਾਡਾ ਪੁਲ ਜਿਹੜਾ ਬਣਾ ਕੇ ਜਾਊਂਗਾ, ਜਿੱਦਾਂ ਮੈਂ ਇੱਥੋਂ ਕੁਰਸੀ ਤੋਂ ਉੱਠਿਆ ਤੁਹਾਡਾ ਉਦੋਂ ਪਹਿਲਾਂ ਪੁਲ ਬਣਿਆ ਪਿਆ ਹੋਊਗਾ। ਪਰ ਅਸੀਂ ਜਿਹੜਾ ਸੰਘਰਸ਼ੀ ਲੋਕ ਹਾਂ ਇਹ ਸਮਝਦੇ ਹਾਂ ਵੀ ਜਿਹੜਾ ਇਹ ਪ੍ਰਸ਼ਾਸਨ ਜਿਹੜਾ DC ਦਾ ਉਹ ਇਹ ਚੀਜ਼ ਦੀ ਮੰਗ ਕਰ ਰਿਹਾ ਵੀ ਹਰ ਰੋਜ਼ ਇੱਥੇ ਐਕਸੀਡੈਂਟ ਹੋਣ, ਬੰਦੇ ਮਰਨ ਅਤੇ ਜਿਹੜੇ ਲੋਕ ਆ ਇਹ ਖੱਜਲ ਖੁਆਰ ਹੋਣ। ਅਸੀਂ DC ਸਾਹਿਬ ਨੂੰ ਵੀ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦੇ ਹਾਂ ਵੀ ਕਿੰਨੇ ਕੁ ਬੰਦਿਆਂ ਦੀ ਤੁਸੀਂ ਜਿਹੜੀ ਜਾਨ ਲੈਣੀ ਆ ਉਹ ਸਾਨੂੰ ਦੱਸ ਦਿਓ, ਉਨੇ ਕੁ ਜਿਹੜੇ ਅਸੀਂ ਸਾਡੇ ਕੋਲ ਯੋਧੇ ਜਾਂ ਅਸੀਂ ਸ਼ਹੀਦ ਹੋ ਜਾਂਦੇ ਹਾਂ ਯਾਰ, ਜੇ ਲੋਕਾਂ ਨੂੰ ਤਾਂ ਨਾ ਬਰਬਾਦ ਕਰੋ। ਜਿਹੜਾ ਨਿੱਕਾ ਬੱਚਾ ਅੱਜ ਜਿਹੜੀ ਕੁੜੀ ਸਵਰਗਵਾਸ ਹੋਈ ਆ ਉਹ 6 ਸਾਲ ਦੀ ਬੱਚੀ, ਦੱਸਦੇ ਆ ਰੋਇਲ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹਨ ਉਹ ਜਾਣ ਲੱਗੀ ਸੀ, ਜਿਹੜਾ ਉਹਦਾ ਬਾਪ ਇੱਧਰਲੀ ਸੜਕ ਤੋਂ ਉੱਧਰਲੇ ਪਾਸੇ ਬੱਸ ਖੜੀ ਸੀ ਉੱਥੇ ਚੜਾਉਣ ਗਿਆ ਸੀ, ਇੱਧਰੋਂ ਤੇਜ਼ ਰਫ਼ਤਾਰ ਗੱਡੀ ਆਈ ਆ ਉਹ ਉਹਨਾਂ ਨੂੰ ਕੁਚਲ ਕੇ ਜਾਵੜੀ ਕੇ ਉਹ ਬੱਚੇ ਦਾ ਜਿਹੜਾ ਡੈਥ ਹੋ ਗਈ ਆ ਅਤੇ ਉਹਦਾ ਜਿਹੜਾ ਫਾਦਰ ਆ ਜਾਂ ਦਾਦਾ ਜੀ ਆ ਉਹ ਜ਼ਖਮੀ ਆ। ਜਿਹੜੀ ਗੱਡੀ ਉਹਦੇ ਫੜੀ ਸੀ ਉਹ ਫੜੀ ਗਈ ਸੀ, ਜਿਹੜੀ ਅੱਜ ਗੱਡੀ ਮਾਰ ਕੇ ਗਈ ਉਹ ਤਾਂ ਫੜੀ ਵੀ ਨਹੀਂ ਗਈ। ਉਸ ਪਰਿਵਾਰ ਦਾ, ਉਸ ਬੱਚੇ ਦਾ ਕੀ ਕਸੂਰ ਸੀ? ਉਹ ਬੱਚੇ ਨੇ ਖਬਰਾਂ ਜ਼ਿੰਦਗੀ ਦੇ ਵਿੱਚ ਕੀ ਜੱਜ ਬਣਨਾ ਸੀ, ਕੋਈ DC ਬਣਨਾ ਸੀ, ਕੀ ਬਣਨਾ ਸੀ, ਕੀ ਵਜੂਦ ਸੀ? ਪਰਿਵਾਰ ਇਦੋਂ ਉੱਚਾ ਵੀ ਉੱਠ ਕੇ ਜਾ ਸਕਦਾ ਸੀ ਉਸ ਬੱਚੀ ਦੇ ਆਸਰੇ ਦੇ ਨਾਲ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਇਹ ਜਿਹੜੇ ਲੰਮੇ ਘੋਲ ਚੱਲੀ ਜਾਂਦੇ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਗਲਾਂ ਘੁੱਟਣ ਵਾਸਤੇ ਇਹ ਜਿਹੜੀਆਂ ਪੈਦਾ ਹੋ ਗਈਆਂ, ਗੂੰਗੀਆਂ 'ਤੇ ਬਹਿ ਰਹੀਆਂ ਸਰਕਾਰਾਂ ਜਿਹੜੀਆਂ ਇਹ ਲੋਕਾਂ ਵਾਸਤੇ ਨਹੀਂ ਸੋਚਦੀਆਂ। ਅਸੀਂ ਇਹਨਾਂ ਨੂੰ ਸੁਣਾਉਣ ਵਾਸਤੇ ਅੱਜ ਇੱਥੇ ਵੱਡਾ ਇਕੱਠ ਕਰਕੇ ਬੈਠੇ ਹਾਂ। ਅਗਰ ਜੇ ਨਹੀਂ ਕੋਈ DC ਜਾਂ ਇਹਨਾਂ ਦਾ ਤਹਿਸੀਲਦਾਰ ਜੇ ਕੋਈ ਨਹੀਂ ਆਉਂਦਾ, ਉਨਾ ਚਿਰ ਅਸੀਂ ਇੱਥੇ ਲਗਾਤਾਰ ਬੈਠਾਂਗੇ ਜਿਵੇਂ ਜਿਵੇਂ ਸੰਖਿਆ ਵਧੀ ਜਾਊਗੀ। ਜੇ ਨਾ ਵੀ ਸਾਡੀ ਸੁਣਨ ਦੇ ਇਹਨਾਂ ਦੀ ਨੌਬਤ ਆਈ ਤਾਂ ਅਸੀਂ ਦੂਜੀ ਸੜਕ ਵੀ ਰੋਕਾਂਗੇ। ਨਾਲ ਸਾਡੇ ਨਾਲ ਮਜ਼ਾਕ ਕਰ ਰਹੇ ਆ ਪ੍ਰਸ਼ਾਸਨ ਵੀ ਯਾਰ ਕੁੜੀ ਵਾਲਿਆਂ ਨਾਲ ਤਾਂ ਸਾਡਾ ਸਮਝੌਤਾ ਹੋ ਗਿਆ, ਤੁਸੀਂ ਐਵੇਂ ਰੋਡ ਰੋਕ ਕੇ ਬਹਿ ਗਏ। ਠੀਕ ਆ, ਮੰਨਦੇ ਹਾਂ ਜੇ ਤੁਸੀਂ ਕੋਈ ਜ਼ੋਰ ਪਾ ਕੇ ਜਾਂ ਕਿਵੇਂ ਵੀ ਲਾ ਕੇ ਜਾਂ ਉਹ ਪਰਿਵਾਰ ਆਪਦਾ ਸਹਿਮਤੀ ਹੋ ਗਿਆ, ਜਿਹਦੇ 'ਤੇ ਦੁੱਖ ਦਾ ਭਾਰ ਡਿੱਗਦਾ ਉਸੇ ਨੂੰ ਪਤਾ ਹੁੰਦਾ, ਦੂਜੇ ਨੂੰ ਪਤਾ ਨਹੀਂ ਹੁੰਦਾ। ਉਹ ਪਰਿਵਾਰ ਨੇ ਤੁਹਾਨੂੰ ਹਾਂ ਕਰਤੀ ਵੀ ਯਾਰ ਸਾਡਾ ਕੋਈ ਰੌਲਾ ਨਹੀਂ, ਸਾਡੀ ਮਰ ਗਈ। ਅਸੀਂ ਜਦੋਂ ਕਿਸੇ ਦਾ ਮਰਦਾ ਪਤਾ ਤਾਂ ਉਦੋਂ ਲੱਗਦਾ, ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਵੀ ਉਹਨਾਂ 'ਤੇ ਜਿਹੜੀ ਇਹ ਦਿਨ ਭਾਰੀ ਪਿਆ ਅਤੇ ਅਸੀਂ ਗਾਂਹ ਵਾਲੇ ਆਉਣ ਵਾਲੇ ਜਿਹੜੀ ਦਿਨ ਆ ਉਹਨਾਂ ਵਾਸਤੇ ਲੋਕਾਂ ਦੀ ਸਾਰਿਆਂ ਦੀ ਹਿਫਾਜ਼ਤ ਵਾਸਤੇ ਇੱਥੇ ਬੈਠੇ ਹਾਂ ਵੀ ਸਾਡੇ ਨਾਲ ਵਾਅਦਾ ਕਰਨ ਵੀ 19 ਤਰੀਕ ਤੋਂ ਇਹ ਪੁਲ ਜਿਹੜਾ ਬਣਾਉਣਗੇ, 19 ਤਰੀਕ ਤੋਂ ਚਾਲੂ ਹੋਊਗਾ, ਇਹ ਕਰਨਗੇ ਜੇ ਨਾ ਕਰਨਗੇ ਸਾਨੂੰ 2 ਟੱਕਾ ਜਵਾਬ ਵੀ ਦੇ ਦੇਣ, ਜੇ ਨਹੀਂ ਬਣਾਉਣਾ ਪੁਲ ਤਾਂ ਸਾਨੂੰ ਫਿਰ ਸੰਘਰਸ਼ ਕਰਕੇ ਬਣਵਾਉਣਾ ਵੀ ਆਉਂਦਾ, ਅਸੀਂ ਉਸ ਤਰ੍ਹਾਂ ਬਣਵਾ ਲਾਂਗੇ। ਇੰਦਰ ਮੋਹਨ ਜੀ, ਜੇ ਇਸ ਪੁਲ ਦੀ ਗੱਲ ਕਰੀਏ, ਪਹਿਲਾਂ ਇਹ ਸੜਕ ਸੀ, ਖੂਨੀ ਸੜਕ ਦਾ ਨਾਂ ਵੀ ਦਿੱਤਾ ਗਿਆ ਸੀਗਾ, 1.5 ਸਾਲ ਸੰਘਰਸ਼ ਚੱਲਿਆ, ਉਸ ਤੋਂ ਬਾਅਦ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਯੂਨੀਅਨਾਂ ਆਉਂਦੀਆਂ ਨੇ, ਕੰਪਰੋਮਾਈਜ਼ ਹੋ ਜਾਂਦੇ, ਹੁਣ ਵੀ ਉਹੀ ਗੱਲ ਚੱਲ ਰਹੀ ਹੈ, ਕਿ ਇੱਥੋਂ ਤੱਕ ਤਾਂ ਨਹੀਂ ਸੀਮਤ ਹੋ ਚੁੱਕਿਆ, ਹੁਣ ਕਦੋਂ ਤੱਕ ਜਿਹੜਾ ਸੰਘਰਸ਼ ਜਾਰੀ ਰਹੂ? ਦੇਖੋ ਜੀ, ਸਾਰਾ ਅਸੀਂ ਜਿਹੜਾ ਬਾਇਓਡਾਟਾ ਇਹਦਾ ਕਢਾ ਕੇ ਲਿਆਏ ਹਾਂ ਪੁਲ ਦਾ,
ਆਰਟੀਆਂ ਪਾ ਕੇ ਸਾਰਾ ਕੁਝ ਲੈ ਕੇ ਆਂਦਾ। ਹੁਣ ਵੀ ਅਸੀਂ ਡੀਸੀ ਸਾਹਿਬ ਨਾਲ ਸਾਡਾ ਰੋਜ਼ ਦਾ ਵਾਰਤਾਲਾਪ ਚੱਲੀ ਜਾਂਦੀ ਹੈ। ਅਸੀਂ ਤਾਂ ਜਿਹੜੇ ਸੰਘਰਸ਼ੀ ਲੋਕ, ਅਸੀਂ ਤਾਂ ਲੋਕਾਂ ਦੀ ਖਾਤਰ ਲੜਨਾ ਹੈ। ਮੇਰਾ ਪਿੰਡ ਪੱਤੋ ਆ, ਮੈਂ ਹੁਣ ਇੱਥੇ 13-14 ਕਿਲੋਮੀਟਰ ਤੋਂ 15 ਕਿਲੋਮੀਟਰ ਤੋਂ ਆਇਆ, ਮੈਂ ਆਪਦੀ ਹਮਦਰਦੀ ਦੀ ਖਾਤਰ ਨੂੰ ਆਇਆ, ਕਿਉਂਕਿ ਮੇਰੀਆਂ ਵੀ ਰਿਸ਼ਤੇਦਾਰੀਆਂ ਇੱਧਰਲੇ ਪਾਸੇ, ਜਿਹੜਾ ਮੈਂ ਪੁਲ, ਜੇ ਪੁਲ ਬਣਿਆ ਹੋਵੇ ਤਾਂ ਮੈਂ ਥੱਲੇ ਦੀ ਲੰਘ ਕੇ ਜਾ ਕੇ ਕਰਨਾ, ਇੱਥੇ ਅੱਧਾ ਅੱਧਾ ਘੰਟਾ ਲੰਘਣ ਕਰਨ ਨੂੰ ਲੱਗ ਜਾਂਦਾ। ਜੇ ਉਹੀ ਸਰਕਾਰ ਨੂੰ ਕਿਹਾ ਸੀ ਵੀ ਇੱਕ ਥਾਂ ਚਾਹੇ ਪੁਲ ਬਣਾ ਲਾਂਘਾ ਬਣਾਓ, ਜੇ ਕੋਈ ਆਪਦੀ ਗਲਤੀ ਨਾਲ ਇੱਧਰ ਦੀ ਸੜਕ 'ਤੇ ਚੜੂਗਾ ਤਾਂ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ, ਜੇ ਲਾਂਘਾ ਬਣਿਆ ਹੋਊ ਤਾਂ ਅਸੀਂ ਆਰਾਮ ਨਾਲ ਲੰਘਾਂਗੇ। ਜਿਹੜੀ ਹੁਣ 80 ਸਾਲ ਦੀ ਬੇਬੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਅਤੇ ਨਾਲ 6 ਸਾਲ ਦੀ ਕੁੜੀ ਉਹਦੇ ਨਾਲ ਤੁਰੀ ਜਾਂਦੀ ਆ, ਕੀ ਜੇ ਇੱਧਰੋਂ ਗੱਡੀ ਰਫ਼ਤਾਰ ਨਾਲ ਆਉਂਦੀ ਆ ਅਤੇ ਉਹ 80 ਸਾਲ ਦੀ ਬੇਬੇ ਭੱਜ ਕੇ ਸੜਕ ਪਾਰ ਕਰ ਜੂ, ਕੀ ਉਹ ਬੱਚੀ ਜਿਹੜੀ ਬੇਸਮਝ ਆ ਉਹ ਭੱਜ ਕੇ ਰੋਡ ਪਾਰ ਕਰ ਜੂਗੀ? ਉਹ ਆਏ ਦਿਨ ਹਾਦਸੇ ਹੋਣੇ ਆ, ਇਹ ਗੌਰਮੈਂਟ ਨੂੰ ਸੋਚਣਾ ਪੈਣਾ, ਸੋਚ ਕੇ ਪੁਲ ਬਣਾਉਣੇ ਪੈਣੇ ਆ। ਜਿਹੜੀ ਇਹ ਖੂਨੀ ਸੜਕ ਦਾ ਨਾਂ, ਇਹਨੂੰ ਸੁਧਾਰਨਾ ਪੈਣਾ, ਗੌਰਮੈਂਟ ਨੂੰ ਪੈਸੇ ਲਾਉਣੇ ਪੈਣੇ ਆ ਅਤੇ ਜਿਹੜਾ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਪੈਣਾ, ਉਹਨਾਂ 'ਚ ਲੋਕਾਂ ਨੇ ਨਹੀਂ ਉੱਠਣਾ। ਅਸੀਂ ਕਹਿਣਾ ਚਾਹੁੰਦੇ ਹਾਂ, ਅਸੀਂ ਵਾਰ ਵਾਰ ਇੱਥੋਂ ਦੇ ਡੀ ਸੀ ਸਾਹਿਬ ਨੂੰ, SDM ਸਾਹਿਬ ਨੂੰ ਵੀ ਅਪੀਲ ਕਰ ਚੁੱਕੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਲਾਂਘਾ ਹੋਣਾ ਜ਼ਰੂਰੀ ਹੈ, ਕਿਉਂਕਿ ਇੱਥੇ ਤੇਜ਼ ਰਫ਼ਤਾਰ ਗੱਡੀਆਂ ਆਉਂਦੀਆਂ, ਜਦੋਂ ਗਾ ਸੜਕ ਕ੍ਰੋਸ ਕਰਦੇ ਹਾਂ ਹਰ ਟਾਈਮ ਮਤਲਬ ਜਾਨ ਨੂੰ ਖਤਰਾ ਬਣਿਆ ਰਹਿੰਦਾ, ਇੱਕ ਭੈ ਬਣਿਆ ਰਹਿੰਦਾ। ਬਜ਼ੁਰਗ ਆ ਜਿਹੜੇ ਜਾਂ ਬੱਚੇ ਆ, ਜੋ ਸਕੂਲ ਛੱਡਣ ਜਾਣਾ ਪੈਂਦਾ, ਇਸ ਪਾਸੇ ਸਕੂਲ ਆ, ਇਸ ਪਾਸੇ ਹਸਪਤਾਲ ਆ, ਪਿੰਡ ਨੂੰ 2 ਪੱਟ ਵੰਡਿਆ ਹੋਇਆ। ਇੱਥੇ ਲਗਾਤਾਰ ਹੀ ਸਾਡੇ ਪਿੰਡ ਦਾ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਰਿਹਾ, ਬਹੁਤ ਸਾਰੇ ਜਿਹੜੀ ਮਨੁੱਖੀ ਜਾਨਾਂ ਜਾ ਚੁੱਕੀਆਂ, ਬੱਚਿਆਂ ਦੀਆਂ ਜਾਨਾਂ ਜਾ ਚੁੱਕੀਆਂ। ਇੱਥੇ ਜੇ ਕੋਈ ਮਤਲਬ ਅੰਤਮ ਮਤਲਬ ਅਰਦਾਸਾਂ ਹੁੰਦੀਆਂ, ਉਹਨਾਂ 'ਚ ਜੇ ਕੋਈ ਬੰਦੇ ਆਉਂਦੇ ਆ, ਉਦੋਂ ਵੀ ਬਜ਼ੁਰਗਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ। ਪਿਛਲੇ ਵੀਰੀ ਅਸੀਂ ਅੱਖਾਂ ਦਾ ਕੈਂਪ ਲਾਇਆ, ਇੱਕ ਬਜ਼ੁਰਗ ਅੱਖਾਂ ਬਣਵਾ ਕੇ ਆਇਆ ਸੀ ਅਤੇ ਉਹ ਗੱਡੀ ਦੀ ਲਪੇਟ 'ਚ ਆ ਗਿਆ ਸੀ। ਮੇਰੇ ਕਹਿਣ ਤੋਂ ਭਾਵ ਆਏ ਦਿਨ ਮੌਤਾਂ ਹੋ ਰਹੀਆਂ। ਅਸੀਂ ਵਾਰ ਵਾਰ 3 ਸਾਲ ਤੋਂ ਲਗਾਤਾਰ DC ਸਾਹਿਬ ਨੂੰ, ਉੱਪਰ ਤੱਕ ਸਾਰਿਆਂ ਨੂੰ, ਇੱਥੋਂ ਦੇ ਹਲਕਾ ਵਿਧਾਇਕ ਨੂੰ ਵੀ ਬੇਨਤੀਆਂ ਕਰ ਚੁੱਕੇ ਹਾਂ ਕਿ ਤੁਸੀਂ ਇੱਥੇ ਦੀ ਵੱਡੇ ਪੁਲ ਦੀ ਬਜਾਏ ਸਾਨੂੰ ਲਾਂਘਾ ਦੇ ਦਿਓ, ਲੋਕਾਂ ਨੂੰ ਆਉਣਾ ਜਾਣਾ ਇੱਕ ਦੂਜੇ ਨਾਲ ਜੁੜਨਾ ਮਤਲਬ ਕ੍ਰੋਸ ਕਰਨਾ ਸੌਖਾ ਹੋ ਜੂਗਾ। ਪਰ ਇਹ ਇੰਨਾ ਢੀਠ ਤਾਣੀ ਅਪਣਾਈ ਹੋਈ ਹੈ, ਜਦੋਂ ਜਾਂਦੇ ਹਾਂ ਮਿੱਠੀਆਂ ਮਾਰਦੇ ਹਾਂ ਤੁਹਾਡਾ ਮਸਲਾ ਹੱਲ ਹੋ ਜੂ। ਅਸੀਂ ਤਾਂ ਤੁਹਾਡੀ ਮੰਗ ਹੀ ਪ੍ਰਵਾਨ ਕਰ ਲਈ 19 ਸਤੰਬਰ ਨੂੰ SDM ਸਾਹਿਬ ਆਏ ਸੀ, ਕਹਿੰਦੇ ਤੁਹਾਡੀਆਂ ਮੰਗਾਂ ਦਾ ਪ੍ਰਵਾਨ ਆ, ਤੁਹਾਡੀਆਂ ਅਤੇ ਸਾਡੀਆਂ ਮੰਗਾਂ ਇੱਕ ਆ, ਅਸੀਂ ਤਾਂ ਤੁਹਾਡੀਆਂ ਮੰਗਾਂ ਮੰਨੀ ਬੈਠੇ ਹਾਂ। 45 ਦਿਨ ਦਾ ਸਮਾਂ ਲੰਘ ਗਿਆ ਸੀ, ਅੱਜ ਉਹ ਸਮੇਂ ਨੂੰ 6 ਮਹੀਨੇ ਤੋਂ 7 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ। ਇਸ ਕਰਕੇ ਸਾਡੀ ਵਾਰ ਵਾਰ ਪ੍ਰਸ਼ਾਸਨ ਨੂੰ ਵੀ, ਕੇਂਦਰ ਸਰਕਾਰ ਨੂੰ ਵੀ, ਨੈਸ਼ਨਲ ਅਥਾਰਟੀ ਨੂੰ ਵੀ ਬੇਨਤੀ ਹੈ ਕਿ ਮਨੁੱਖੀ ਜਾਨਾਂ ਦੀ ਕਦਰ ਕਰਦੇ ਹੋਏ, ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹੋਏ, ਇੱਥੇ ਜਿਹੜਾ ਲਾਂਘਾ ਉਹ ਚੱਲਣਾ ਮਤਲਬ ਬਣਾਉਣਾ ਚਾਹੀਦਾ ਲੋਕਾਂ ਦੀ ਅਤੇ ਇਲਾਕੇ ਦੀ ਪੁਰਜੋਰ ਨਾਲ। ਜੇ ਵੀ ਇਸ ਟਾਈਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਗਵੀਰ ਆਜ਼ਾਦ। ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਅਤੇ ਪਿੰਡ ਮਾਛੀਕੇ, ਤੁਸੀਂ ਦੇਖ ਸਕਦੇ ਕਿ ਨੈਸ਼ਨਲ ਹਾਈਵੇ 703 ਉਹਦੇ ਉੱਪਰ ਮੌਜੂਦ ਆ ਅਤੇ ਬੈਕ ਸਾਈਡ ਜੋ ਧਰਨਾ ਲੱਗਿਆ ਹੋਇਆ, ਇੱਥੇ ਇੱਕ 6-7 ਸਾਲ ਦੀ ਬੱਚੀ ਹੈ ਜੋ ਉਸਦੀ ਡੈਥ ਹੋ ਚੁੱਕੀ ਆ, ਜੋ ਕਾਰ ਐਕਸੀਡੈਂਟ ਦੇ ਨਾਲ ਹੋਇਆ। ਦੱਸਿਆ ਜਾ ਰਿਹਾ ਕਿ ਉਹਦੇ ਦਾਦਾ ਜੀ ਨਾਲ ਸੀ ਅਤੇ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ, ਪਰ ਬੱਚੀ ਹੈ ਜਿਹੜੀ 6-7 ਸਾਲ ਦੀ, ਉਹਦੀ ਡੈਥ ਹੋ ਚੁੱਕੀ ਆ। ਜੇਕਰ ਇਸ ਰੋਡ ਦੀ ਗੱਲ ਕਰੀਏ ਤਾਂ ਇਸ ਨੂੰ ਖੂਨੀ ਸੜਕ ਦਾ ਨਾਂ ਵੀ ਦਿੱਤਾ ਜਾਂਦਾ ਸੀ। 2020-21 ਦੀ ਗੱਲ ਕਰੀਏ ਤਾਂ 1.5-2 ਸਾਲ ਜਿਹੜਾ ਧਰਨਾ ਪ੍ਰੋਟੈਸਟ ਚੱਲਿਆ, ਬਹੁਤ ਸਾਰੀਆਂ ਯੂਨੀਅਨਾਂ ਆਈਆਂ, ਉਸ ਤੋਂ ਬਾਅਦ ਜਿਹੜਾ ਇਹ ਰੋਡ ਬਣਿਆ। ਰੋਡ ਬਣਨ ਤੋਂ ਬਾਅਦ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰਹਿੰਦਾ। ਵੱਖ ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਮੌਜੂਦ ਆ ਅਤੇ ਜੋ ਪਰਿਵਾਰ ਆ, ਕਿਤੇ ਨਾ ਕਿਤੇ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਉਹਨਾਂ ਦੀ, ਸੋ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ, ਕਿਉਂਕਿ ਲੰਮੇ ਸਮੇਂ ਤੋਂ ਹੀ ਜਿਹੜਾ ਇਹ ਮਸਲਾ ਉਲਝਦਾ ਨਜ਼ਰ ਆ ਰਿਹਾ। ਅਤੇ ਜੇਕਰ ਇਸ ਰੋਡ ਦੀ ਗੱਲ ਕਰੀਏ ਤਾਂ ਬੰਨ ਤੋਂ ਪਹਿਲਾਂ ਵੀ ਪ੍ਰੋਬਲਮਾਂ ਸੀ ਅਤੇ ਹੁਣ ਵੀ ਪ੍ਰੋਬਲਮਾਂ ਨੇ, ਪਰ ਯੂਨੀਅਨ ਦਾ ਕਹਿਣਾ ਕਿ ਜਦੋਂ ਤੱਕ ਇਹ ਪੁਲ ਨਹੀਂ ਬਣ ਜਾਂਦਾ ਉਦੋਂ ਤੱਕ ਉਹ ਇੱਥੇ ਸੰਘਰਸ਼ ਜਾਰੀ ਰੱਖਣਗੇ।
ਕਿੰਨੇ ਕੁ ਚਿਰ ਤਾਈਂ ਇਹਦਾ ਹੱਲ ਕਰੋ ਜਾਂ ਪੂਰਨ ਕਿੰਨੀਆਂ ਕੁ ਜਾਨਾਂ ਹੋਰ ਜਾਣਗੀਆਂ ਇਸ ਮਸਲੇ ਦੇ ਵਿੱਚ? ਤਾਂ ਹੁਣ ਮੈਂ ਨਹੀਂ ਕੁਛ ਕਹਿ ਸਕਦਾ, ਆਪਣੇ ਵੱਲੋਂ ਜਿਹੜੀ ਹੈਗੀ ਆ ਆਪਾਂ ਤਾਂ ਉਹਦੀ ਆ ਲਿਖ ਕੇ ਭੇਜਿਆ, ਜਗਜੀਤ ਸਾਹਿਬ ਵੀ ਆਏ ਸੀਗੇ, ਹਾਂਜੀ ਆਪਾਂ ਤਾਂ ਉਹ ਵੀ ਭੇਜਤਾ ਸੀਗਾ, ਚਿੱਠੀ ਮੇਰੇ ਕੋਲ ਹੈਗੀ ਆ, ਉਹ ਤੁਹਾਨੂੰ ਦੱਸ ਦਿੰਦਾ ਜਿਹੜੀ ਮੈਂ ਐਕਸ਼ਨ ਨੂੰ ਭੇਜੀ ਹੈਗੀ ਆ। ਸਰ ਇਹ ਪ੍ਰੋਸੈਸਿੰਗ ਜਿਹੜਾ ਹੈਗਾ ਬਹੁਤ ਲੰਬਾ ਚੱਲ ਰਿਹਾ ਜੀ, ਘੱਟੋ ਘੱਟ 5-6 ਸਾਲ ਹੋ ਗਏ ਸਰ ਇਹ ਸੰਘਰਸ਼ ਦੇ ਵਿੱਚ ਆਉਂਦਾ ਵੀ ਕੋਲ ਬਣੇ ਜੀ ਕੋਲ ਜੀ ਸਾਹਿਬ ਤੁਸੀਂ ਵੀ ਕਈ ਵਾਰੀ ਸਾਡੇ ਕੋਲ ਆ ਕੇ ਗਏ ਜੀ। ਵੀ ਜਿਹੜਾ ਹਜੇ ਪੀਡਬਲਿਊ ਨੂੰ ਤਾਂ ਪੈਸੇ ਨਹੀਂ ਦਿੱਤੇ ਤੁਸੀਂ ਇਸ ਗਵਰਨਮੈਂਟ ਨੇ, ਤੇ ਫੇਰ ਹੀ ਉਹ ਨੈਸ਼ਨਲ ਨੂੰ ਜਾਊ ਐਸਟੀਮੇਟ ਬਣ ਕੇ ਗਿਆ ਨਾ, ਇਸ ਤੋਂ ਬਾਅਦ ਪੈਸੇ ਆਉਣਗੇ ਨਹੀਂ ਫਿਰ ਇੰਨਾ ਕੁ ਚਿਰ। ਹਾਂਜੀ ਇਹ ਉਦੋਂ ਤੁਸੀਂ ਕਹਿਤਾ ਸਾਨੂੰ ਜਦੋਂ 10ਵੇਂ ਮਹੀਨੇ ਜਾ ਤੁਹਾਡੇ ਨਾਲ ਗੱਲ ਹੋਈ ਆ, ਤੁਸੀਂ ਸਾਨੂੰ ਮੰਗਾ ਕੇ ਦਿੱਤਾ, ਉਦੋਂ ਤੁਸੀਂ ਕਿਹਾ ਵੀ ਜਿਹੜਾ ਬੰਦਾ ਰਿਟਾਇਰ ਹੋਊਗਾ ਜਿਹੜਾ ਨਵਾਂ ਬੈਠੂਗਾ ਉਹਦੇ ਬਾਅਦ ਕਰਨਾ, ਉਦੋਂ ਹੈ ਨਹੀਂ ਸੀ ਐਕਸ਼ਨ ਰਿਟਾਇਰ ਹੋਊਗਾ ਸੀਗਾ, ਤਾਂ ਹੀ ਉਹ ਮਹੀਨਾ। ਹੁਣ ਤੁਸੀਂ ਐਂ ਕਰੋ, ਇੱਕ ਮੰਗ ਆ ਸਾਡੀ ਵੀ ਸਾਨੂੰ ਇਹਦਾ ਟਾਈਮ ਦੱਸੋ ਪੀਰੀਅਡ ਵੀ ਸਾਨੂੰ ਕਿੰਨੇ ਐਂ ਲਮਕਾ ਹੋਣਾ, ਇਹ ਨਾ ਕਹੋ ਡੀ ਸੀ ਸਾਹਿਬ ਸਾਨੂੰ ਪਹਿਲਾਂ ਕਹਿੰਦੇ 12ਵੇਂ ਮਹੀਨੇ ਦੀ 31 ਤਰੀਕ ਨੂੰ ਤੁਹਾਨੂੰ ਸਾਰਾ ਕੁਝ ਦੇ ਦਿਆਂਗੇ। ਫਿਰ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੀਆਂ ਜਥੇਬੰਦੀਆਂ, ਪ੍ਰੋਪਰ ਬੰਦੇ ਆਏ ਕਈ ਇਕੱਠੇ ਹੋ ਕੇ, ਅਸੀਂ ਤਾਂ ਪੈਸੇ ਖਰਚਦੇ ਫਿਰਦੇ ਹਾਂ, ਅਸੀਂ ਲੋਕਾਂ ਦੇ ਸਾਧਨ ਲੈ ਕੇ ਜਾਂਦੇ, ਟਰੈਕਟਰ ਟਰਾਲੀਆਂ ਕਰਦੇ, ਗੱਡੀਆਂ ਕਰਦੇ। ਦੇਖੋ ਬਾਈ, ਦੇਖੋ ਸਰ, ਅਸੀਂ ਜਾਨਾਂ ਬਚਾਉਣ ਦੀ ਖਾਤਰ ਹੀ ਆਪਦੇ ਝੱਗੇ ਚੌੜ ਕਰੀ ਜਾਂਦੇ ਹਾਂ, ਲਾਈ ਜਾਂਦੇ ਹਾਂ, ਤੁਹਾਨੂੰ ਦੇਖੋ ਪਰਮਾਤਮਾ ਨੇ ਕਿੱਡੀ ਸੋਹਣੀ ਜੋਬ ਦਿੱਤੀ ਹੈ, ਤੁਸੀਂ ਸ਼ੁਕਰ ਕਰੋ ਪਰਮਾਤਮਾ ਦਾ ਵੀ ਭਾਈ ਸਾਨੂੰ ਜੋਬ ਮਿਲ ਗਈ, ਜਿਹੜੀ ਤਨਖਾਹ ਮਿਲਦੀ ਹੈ, ਅਸੀਂ ਆਪਦਾ ਜਿਹੜੇ ਚਾਰ, ਇੱਕ ਮਿੰਟ ਸੁਣ ਲਓ, ਜਿਹੜਾ ਕੋਲ ਸਾਡੇ ਕੋਲ ਚਾਰ ਹੈਗੇ ਆ ਪੈਸੇ ਇਕੱਠੇ ਹੁੰਦੇ ਆ, ਅਸੀਂ ਉਹ ਬਾਲ ਕੇ ਉਹ ਮਚਾ ਕੇ ਅਸੀਂ ਇਸ ਕੰਮਾਂ ਦੇ ਮਗਰ ਤੁਰੇ ਫਿਰਦੇ ਹਾਂ ਵੀ ਸਾਡਾ ਬਾਜੇ। ਤੁਸੀਂ ਆਪ ਹੀ ਹੁਣ ਦਿਖਾ ਤਾ ਵੀ 10ਵੇਂ ਮਹੀਨੇ ਦੀ ਇਹ ਗੱਲ ਹੋਈ ਵੀ ਆ, ਹੁਣ ਦੂਜੇ ਮਹੀਨੇ 'ਚ ਆਪਾਂ ਬੈਠੇ ਹਾਂ, ਹਜੇ ਪ੍ਰਪੋਜ਼ਲ ਹੀ ਗਈ ਆ, ਹਜੇ ਉਹ 'ਤੇ ਐਸਟੀਮੇਟ ਬਣਨਾ ਕੋਈ ਕਰਨਾ, ਕਿਉਂਕਿ ਤੁਸੀਂ ਮਹਿਕਮਾ ਗੱਲ ਕਰੋ ਨਾ ਉਹਨਾਂ ਨਾਲ ਵੀ ਭਾਈ ਬੰਦੇ ਦਾ ਪੈ ਗਿਆ ਨਾ, ਇੱਕ ਨੈਸ਼ਨਲ ਐਕਸ਼ਨ ਨੇ ਭੇਜਿਆ ਉਹਨਾਂ ਨੂੰ ਪੀਡੀ ਵਾਲੇ ਨੈਸ਼ਨਲ ਹਾਈਵੇ ਵਾਲਿਆਂ ਨੂੰ, ਉਹਨੇ ਕਹਿੰਦਾ ਚੰਡੀਗੜ੍ਹ ਭੇਜਣਾ, ਫਿਰ ਦਿੱਲੀ ਜਾਣਾ ਹੈਗਾ, ਜਿਹੜਾ ਇੱਕ ਇਕੱਲੇ ਪੰਜਾਬ ਸਰਕਾਰ ਦਾ ਉਹਦੇ ਵਿੱਚ ਮਸਲਾ ਹੁੰਦਾ, ਫਿਰ ਤਾਂ ਜਲਦੀ ਹੋ ਜਾਣਾ ਸੀਗਾ, ਜੇ ਹੁਣ ਉੱਤੋਂ ਮਤਲਬ ਕਿ ਮਨਜ਼ੂਰੀ ਮਿਲ ਕੇ ਫਿਰ ਹੋਣਾ। ਨਹੀਂ ਸਰ, ਅੱਜ ਤੋਂ 3 ਸਾਲ ਪਹਿਲਾਂ ਵੀ ਜਦੋਂ ਅਸੀਂ ਧਰਨਾ ਚੱਕਿਆ ਸੀ, ਇਹ ਧਰਨਾ ਲੱਗਾ ਰੋਡ ਦੇ ਹਾਈਵੇ ਦੇ, ਮੈਂ ਦੱਸਾਂ ਜੀ ਸਾਹਿਬ ਆਪ ਅਸੀਂ ਕਲਵੰਤ ਸਿੰਘ ਜੀ, ਕਲਵੰਤ ਸਿੰਘ ਜੀ ਤੁਸੀਂ ਵੀ ਹੋ ਸਕਦਾ ਹੋਵੋਗੇ, ਤੇ ਉਦੋਂ ਸਾਰਾ ਸਾਨੂੰ ਵਿਸ਼ਵਾਸ ਦਵਾ ਕੇ ਅਮਰੀਕਾ, ਸੁਣੋ ਉਹ ਸਾਨੂੰ ਕਹੇ ਕਿ ਵੀ 1.5 ਸਾਲ ਤੱਕ ਤੁਹਾਡਾ ਵੀ ਜਿਹੜਾ ਪੋਲਾ ਬਣੂਗਾ ਹਰ ਹਾਲਤ ਦਾ, ਮਾਛੀ ਦੇ ਪਿੰਡ ਉਹ ਐ ਜੇ ਇਕੱਲੇ ਇਕੱਲੇ ਬੰਦੇ ਦਾ ਨਾਂ ਜਾਣਦੇ, ਇਕੱਲੇ ਇਕੱਲੇ ਬੰਦੇ ਨੂੰ ਆਵਾਜ਼ ਮਾਰ ਕੇ ਅੰਦਰ ਸਾਦਿਆ ਸਾਨੂੰ ਵੀ ਆਜੋ ਭਾਈ ਮਾਛੀਕੇ ਵਾਲੇ, ਉਹਨਾਂ ਨੂੰ ਪੁੱਛੋ ਵੀ ਮਾਛੀਕੇ ਪਿੰਡ ਮੰਗ ਕਰ ਰਿਹਾ ਵੀ ਇਹ ਕਿੰਨੇ ਚਿਰ ਚ ਸਾਡਾ ਹੱਲ ਹੋਊਗਾ। ਮਾਛੀ ਕੇ ਪਿੰਡ ਦਾ ਕਿਹੋ ਜਿਹਾ ਪਿੰਡ ਹੋ ਗਿਆ ਜਿਹੜੇ ਬਾਰਡ ਦੇ ਵਿੱਚ, ਜਿਹਨੂੰ ਮਰਜ਼ੀ ਬੱਚੇ ਦੇ ਪੁੱਛੋ ਮਾਛੀ ਕਿਹੜਾ ਪਿੰਡ ਆ, ਮੋਗੇ ਜ਼ਿਲ੍ਹੇ ਦੇ ਵਿੱਚ ਵੀ ਇੰਨੀ ਉੱਚੀ ਸੜਕ ਬਣੀ ਹੋਈ ਆ। ਆਪਾਂ ਜਿਹੜਾ 6ਵੇਂ ਮਹੀਨੇ ਦੀ 1ਲੀ ਤਰੀਕ ਨੂੰ ਪਤਾ ਲਵਾਂਗੇ ਵੀ ਕਿੱਥੇ ਗੱਲ ਖੜੀ ਆ ਕਿਵੇਂ ਆ।
ਦੇਖੋ ਜੀ, ਜਦੋਂ ਅਸੀਂ ਇਸ ਚੀਜ਼ ਦਾ ਰੌਲਾ ਪਾਇਆ ਤੇ ਪ੍ਰਸ਼ਾਸਨ ਵੀ ਆਇਆ, ਪਹਿਲਾਂ ਪੁਲਿਸ ਪ੍ਰਸ਼ਾਸਨ ਆ ਗਿਆ, ਮੁੜ ਕੇ ਤਹਿਸੀਲਦਾਰ ਸਾਹਿਬ ਆ ਗਏ। ਤਹਿਸੀਲਦਾਰ ਸਾਹਿਬ ਅੱਜ ਪਹਿਲੀ ਵਾਰੀ ਨਹੀਂ ਆਏ, ਕਿਉਂਕਿ ਜਿੰਨੇ ਹਾਦਸੇ ਪਹਿਲਾਂ ਵੀ ਹੋ ਚੁੱਕੇ ਉਹਨਾਂ ਦੇ ਵਿੱਚ ਵੀ ਤਹਿਸੀਲਦਾਰ ਸਾਹਿਬ ਇਨਵੋਲਵ ਆਏ। ਐਂ ਨਹੀਂ ਗਾ ਵੀ ਅੱਜ ਹੀ ਆਇਆ ਤੇ ਅੱਜ ਹੀ ਇਹ ਨਵੇਂ ਸਿਰੋਂ ਆਇਆ, ਨਹੀਂ। ਜਿੰਨੇ ਹਾਦਸੇ ਮੈਨੂੰ ਮੈਂ ਤਕਰੀਬਨ ਵੱਧ ਹੋਏ ਨਾ, ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈਗੀ ਆ। ਅੱਜ ਫਿਰ ਉਹੀ ਮੋਦੀ ਵਾਲਾ ਢਗਵੰਜ, ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਭਾਈ ਠੀਕ ਆ, ਅਸੀਂ ਜਿਹੜੀ ਤਾਲਮੇਲ ਦੇ ਨਾਲ ਤੁਹਾਡਾ ਜਿਹੜਾ ਪੁਲ ਬਣਵਾਵਾਂਗੇ ਤੇ ਨਵੀਂਆਂ ਦੇ ਵਿੱਚ ਜਿਹੜਾ ਤੁਹਾਡਾ ਇਹ ਚਾਲੂ ਹੋਊਗਾ, ਅਸੀਂ ਉਸ ਭਰੋਸੇ ਤੇ ਅੱਜ ਜਿਹੜਾ ਧਰਨਾ ਮੁਲਤਵੀ ਕਰਦੇ ਹਾਂ। ਇਹਨਾਂ ਨੂੰ ਦੱਸਤਾ ਵੀ 6ਵੇਂ ਮਹੀਨੇ ਦੇ ਵਿੱਚ ਜੇ ਨਾ ਕੰਮ ਚੱਲਿਆ ਤੇ ਵੱਡੀ ਪੰਦਰ ਦੇ ਉੱਤੇ ਇਹ ਸਾਰਾ ਮਾਛੀ ਕੇ ਜਾਮ ਕਰਕੇ ਧਰਨਾ ਲਾ ਕੇ ਫਿਰ ਪੁਲ ਬਣਵਾਵਾਂ। ਦਰਸ਼ਕੋ, ਮਾਛੀ ਕੇ ਨੈਸ਼ਨਲ ਹਾਈਵੇ 703 ਦੇ ਉੱਪਰ ਮੌਜੂਦ ਹਾਂ, ਜਿੱਥੇ ਸਵੇਰੇ ਇੱਕ ਛੋਟੀ ਜਿਹੀ ਬੱਚੀ ਨੂੰ ਉਸਦੇ ਬਜ਼ੁਰਗ ਦਾਦਾ ਛੱਡਣ ਜਾ ਰਹੇ ਸੀ ਤੇ ਜਿਸ ਦੇ ਕਾਰਨ ਮੌਤ ਹੋ ਚੁੱਕੀ ਆ, ਤੇ ਜੋ ਡਰਾਈਵਰ ਆ ਗੱਡੀ ਦਾ ਉਹ ਫਰਾਰ ਆ। ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਆ ਔਰ ਵੱਖ ਵੱਖ ਜਥੇਬੰਦੀਆਂ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਇਸ ਫਲਾਈਓਵਰ ਨੂੰ ਲੈ ਕੇ। ਤਾਂ ਇੱਥੇ ਤਹਿਸੀਲਦਾਰ ਸਾਹਿਬ ਵੀ ਮੌਜੂਦ ਆ, SHO ਅਮਰਜੀਤ ਜੀ ਮੌਜੂਦ ਆ, ਤੇ ਉਹਨਾਂ ਦੀ ਜੋ ਗੱਲਬਾਤ ਹੋਈ ਆ ਉਹਨਾਂ ਦੇ ਸਾਹਮਣੇ। ਤਾਂ ਤਹਿਸੀਲਦਾਰ ਸਾਹਿਬ ਨੇ, ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਇੱਕ ਅਧਿਕਾਰੀ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਤੇ ਜੋ ਇੱਥੇ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ 3 ਮਹੀਨੇ ਦਾ ਜਿਹੜਾ ਸਮਾਂ ਦਿੱਤਾ, ਤੇ ਤਹਿਸੀਲਦਾਰ ਸਾਹਿਬ ਨੇ 3 ਮਹੀਨੇ ਦਾ ਜਿਹੜਾ ਭਰੋਸਾ ਦਿੱਤਾ ਕਿ 3 ਮਹੀਨੇ ਬਾਅਦ ਆ ਜਿਹੜਾ ਇਸ ਹਾਈਵੇ ਦਾ ਕੰਮ ਆ, ਜਿਹੜਾ ਬ੍ਰਿਜ ਦਾ ਫਲਾਈਓਵਰ ਦਾ ਕੰਮ ਆ, ਸਟਾਰਟ ਹੋ ਜਾਵੇਗਾ। ਸੋ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਇਸ ਗੱਲ 'ਤੇ ਕਿੰਨਾ ਖਰੇ ਉਤਰਦੇ ਨੇ। ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ JVS ਟਾਈਮ ਦੇ ਨਾਲ।